ਸਤਿ ਸ਼੍ਰੀ ਅਕਾਲ ਜੀ। ਡਾਟਾ ਐਂਟਰੀ ਪੇਪਰ ਦਾ ਪੇਪਰ ਤੁਹਾਡਾ ਹੋ ਚੁੱਕਿਆ, ਪੇਪਰ ਸਾਰਿਆਂ ਦਾ ਵਧੀਆ ਹੋਇਆ ਅਤੇ ਬਹੁਤ ਬੱਚੇ ਐਬਸੈਂਟ ਸੀਗੇ ਕਿਉਂਕਿ ਸਟੇਸ਼ਨ ਬਹੁਤ ਦੂਰ ਹੋਣ ਕਰਕੇ ਬੱਚੇ ਬਹੁਤ ਪਹੁੰਚੇ ਨਹੀਂ, ਗਰਮੀ ਕਰਕੇ ਵੀ ਹੈਗੇ ਆ ਅਤੇ ਬੱਚੇ ਕਈ ਪੇਪਰ ਹੋਰ ਪੇਪਰ ਪਾਸ ਕਰ ਚੁੱਕੇ ਆ ਅਤੇ ਇਹਨਾਂ ਪੋਸਟਾਂ ਵਾਸਤੇ ਦੂਰ ਜਾ ਕੇ ਖਰਚਾ ਕਰਨ ਦੀ ਬਜਾਏ ਬੱਚਿਆਂ ਨੇ ਉਸ ਪੇਪਰ ਵਿੱਚ ਐਬਸੈਂਟ ਹੋਏ ਆ। ਇਸ ਕਰਕੇ ਤੁਹਾਡੇ ਚਾਂਸ ਜਿਹੜੇ ਬੱਚੇ ਪੇਪਰ ਦੇ ਕੇ ਆਏ ਉਹ ਚਾਂਸ ਵੱਧ ਜਾਂਦੇ ਆ। ਜਿਹਨਾਂ ਬੱਚਿਆਂ ਦੇ 25 ਨੰਬਰ ਬੀ ਪੇਪਰ ਵਿੱਚੋਂ ਅਤੇ 40 ਨੰਬਰ ਇਹ ਪੇਪਰ ਦੇ ਵਿੱਚ ਬਣਦੇ ਪਏ, ਤੁਸੀਂ ਆਪਣਾ ਹਿਸਾਬ ਕਿਤਾਬ ਲਗਾ ਹੀ ਲਿਆ, ਤੁਸੀਂ ਆਪਣੀ ਕੈਲਕੂਲੇਸ਼ਨ ਕਰ ਲਈ ਆ, ਜੇ ਤੁਹਾਡੇ 40 ਨੰਬਰ ਬਣਦੇ ਆ ਇਹ ਪੇਪਰ ਵਿੱਚੋਂ ਅਤੇ 25 ਬਣਦੇ ਆ ਬੀ ਪੇਪਰ ਦੇ ਵਿੱਚੋਂ, ਅਤੇ ਆਪਦੀ ਤੁਸੀਂ ਟਾਈਪਿੰਗ ਦੀ ਤਿਆਰੀ ਕਰਨੀ ਸਟਾਰਟ ਕਰ ਦੇਣੀ ਆ। ਸਪੀਡ ਬਣਾਉਣੀ ਬਹੁਤ ਮੁਸ਼ਕਲ ਹੁੰਦੀ ਹੈ, 30-35 'ਤੇ ਪਹੁੰਚਣਾ, ਤੁਹਾਨੂੰ 35 ਤਿਆਰੀ ਕਰਨੀ ਪੈਣੀ ਤਾਂ ਹੀ 30 ਪੇਪਰ ਪਾਸ ਹੋਏਗਾ। ਇੰਗਲਿਸ਼ ਅਤੇ ਪੰਜਾਬੀ ਦੋਨੋਂ ਕਰਨੀ ਰਾਵੀ ਫੰਡ ਦੇ ਵਿੱਚ, ਅਤੇ ਮੰਨ ਕੇ ਚੱਲ ਦਾ ਮਹੀਨੇ ਦੇ ਵਿੱਚ ਪੇਪਰ ਤੁਹਾਡਾ ਹੋ ਜਾਏਗਾ ਟਾਈਪਿੰਗ ਦਾ। ਇਸ ਕਰਕੇ ਤਿਆਰੀ ਹੁਣੇ ਤੋਂ ਸਟਾਰਟ ਕਰ ਦਿਓ। ਜਿਹਨੇ 40 ਨੰਬਰ ਬਣਦੇ ਆ ਮੈਰਿਟ ਬਹੁਤ ਡਾਊਨ ਜਾਏਗੀ, ਕਿਉਂਕਿ ਬਹੁਤ ਬੱਚੇ ਟਾਈਪਿੰਗ ਦੇ ਵਿੱਚ ਫੇਲ ਹੋਣੇ ਆ। ਪਿਛਲੀ ਵਾਰੀ ਵੀ 3 ਲਿਸਟਾਂ ਪਈਆਂ ਸੀਗੀਆਂ, ਜਿਹੜੀ ਤੀਜੀ ਲਿਸਟ ਵਿੱਚ ਬੱਚਿਆਂ ਨੂੰ ਯਾਦ ਨਹੀਂ ਸੀ ਵੀ ਟਾਈਪ ਕਰਨਾ ਆ, ਉਹਨੂੰ ਲੱਗਦਾ ਸਰਕਾਰ ਨੇ ਸ਼ਾਇਦ ਸਾਨੂੰ ਬੁਲਾਉਣਾ ਨਹੀਂ ਗਾ, ਇਸ ਕਰਕੇ ਉਹਨੇ ਤਿਆਰੀ ਨਹੀਂ ਕੀਤੀ। ਤੀਜੀ ਲਿਸਟ ਤੱਕ ਪਿਛਲੀ ਲਿਸਟ ਆਈ ਸੀਗੀ, ਇਸ ਕਰਕੇ ਤੁਸੀਂ ਇਸ ਵਾਰ ਤਿਆਰੀ ਰੱਖਣੀ ਆਪਦੀ। ਐਬਸੈਂਟ ਬਹੁਤ ਬੱਚੇ ਹੋਏ ਆ, ਬਹੁਤ ਘੱਟ ਬੱਚੇ ਪਹੁੰਚੇ ਆ, ਅਤੇ ਬਹੁਤ ਜਿਹੜੇ ਹੁਣ ਮਹੀਨੇ ਵਿੱਚ ਤਿਆਰੀ ਜਿਹੜੇ ਪਿਛਲੇ ਲੰਬੇ ਟਾਈਮ ਤੋਂ ਤਿਆਰੀ ਕਰਦੇ ਆ ਰਹੇ, ਟਾਈਪਿੰਗ ਵਿੱਚ ਉਹਨਾਂ ਤਿਆਰੀ ਵਧੀਆ ਹੈਗੀ ਆ, ਜਿਹੜੇ ਹੁਣ ਸਟਾਰਟ ਕਰਨਗੇ, ਹਾਲੇ ਸੋਚਣਾ ਜਾਂ ਸਿੱਖਣਾ ਸਟਾਰਟ ਕੀਤਾ, ਉਹਨਾਂ ਵਾਸਤੇ ਮੁਸ਼ਕਲ ਥੋੜ੍ਹੀ ਹੋਏਗੀ, ਉਹਨਾਂ ਨੂੰ ਦਿਨ ਰਾਤ ਇੱਕ ਕਰਨੀ ਪਊਗੀ। ਅਤੇ ਜਿਹੜੇ ਬੱਚੇ ਟਾਈਪਿੰਗ ਸਿੱਖੇ ਬੈਠੇ ਪੇਪਰ 'ਚ ਚੰਗੇ ਨੰਬਰ ਆ ਗਏ ਉਹਨਾਂ ਦੇ, ਅਤੇ ਉਹਨਾਂ ਦੇ ਚਾਂਸ ਵੱਧ ਜਾਂਦੇ ਆ। ਇਸ ਕਰਕੇ ਟਾਈਪਿੰਗ ਤਿਆਰੀ ਹੁਣੇ ਤੋਂ ਸਟਾਰਟ ਕਰ ਦਿਓ। ਬਹੁਤ ਵਧੀਆ ਤੁਹਾਨੂੰ ਮੌਕਾ ਮਿਲਿਆ, ਪੇਪਰ ਈਜ਼ੀ ਆਇਆ ਸੀ, ਵੀ ਪੇਪਰ ਤੁਸੀਂ ਪਾਸ ਕਰ ਹੀ ਜਾਣਾ, ਅਤੇ ਬਾਕੀ ਤੁਸੀਂ ਮੰਨ ਕੇ ਚੱਲੋ ਜੇ 40 ਤੁਹਾਡੇ ਆ ਜਾਂਦੇ ਇਹ ਪੇਪਰ 'ਚੋਂ ਤਾਂ ਤੁਹਾਨੂੰ ਟਾਈਪਿੰਗ ਵਾਸਤੇ ਬੁਲਾਉਣਗੇ। ਇਸ ਕਰਕੇ ਰੈਡੀ ਰਹੋ, ਠੀਕ ਹੈ, ਥੈਂਕ ਯੂ।